डुबदे जांदियां नूं पूरा गुरु कढ लैंदा है, अगे परलोक विच नरकां च कढ लैंदा है। रहतनामयां विच बड़े वचन आउंदे आ वी किवें गुरु कढदा है, ते इत्थे संसार विच डुबदियां नूं गुरु कढ लैंदा है, विकारां च डुबदियां नूं गुरु कढ लैंदा है, नशियां च डुबदियां नूं नशियां दी दलदल विच। एक श्रोमणी गुरुद्वारा प्रबंधक कमेटी वालों एक पुस्तक छपदी नशियां दी दलदल, उहदे विच बड़ा समझाया नशियां दा मनोविज्ञान है जिहड़ा किवें कम करदा है बंदे दा मन नशियां विच फसेदा ते किवें इहदे बचा जा सकदा, किवें इह बंदे नूं इह दलदल है जदों बंदा इहदे विच फस गया। दलदल की हुंदी, जदों दलदल विच बंदा फस जाए जिन्ना उह पैर हथ पैर मारदा उन्ना उह च होर धसी जांदा, उतना समा वह बंदा निकल नहीं सकता दल दल चो जितना समा उन्हें बाहरों सपोर्ट नहीं मिलती। इउं ही नशियां की दल दल है, जदों कोई इहदे च फस गया फिर वह बंदे नूं तुसी लख चाहो समझाओ वह समझदा नहीं, उन्हें फिर सपोर्ट चाहिए होंगी है। किस तरह की? कई तरीकों की सपोर्ट चाहिए। ਤੁਸੀਂ ਆਖੋਗੇ ਸਪੋਰਟ ਉਹ ਤਾਂ ਛਿੱਤਰ ਖਾਣ, ਉਹ ਛਿੱਤਰ ਮਾਰਨੀ ਵੀ ਸਪੋਰਟ ਹੈ, ਉਹਦੀ ਤਰੀਕਾ ਹੈ ਵੀ, ਉਹਦੇ 'ਤੇ ਪਹਿਰਾ ਰੱਖਣਾ ਵੀ ਉਹਦੀ ਸਪੋਰਟ ਹੈ। ਮਾਪੇ ਸੰਗਲਾਂ ਨਾਲ ਬੰਨ ਬੰਨ ਰੱਖਦੇ ਆ ਆਪਣੇ ਪੁੱਤਾਂ ਨੂੰ। ਇਸ ਤਰ੍ਹਾਂ ਇਹ ਦਲ ਦਲ ਹੈ, ਇਸ ਤਰ੍ਹਾਂ ਦੀ ਦਲ ਦਲ 'ਚੋਂ ਵੀ ਗੁਰੂ ਕੇ ਸਿੱਖ ਨੂੰ ਗੁਰੂ ਕੱਢ ਲੈਂਦਾ, ਪੈਣ ਹੀ ਨਹੀਂ ਦਿੰਦਾ। ਸੰਗਤ ਵਿੱਚ ਆਉਣ ਵਾਲੇ ਬੱਚੇ ਉਹਨਾਂ ਨੂੰ ਬਾਣੀ ਪੜ੍ਹਨ ਦਾ ਬਾਣੀ ਕੰਠ ਕਰਨ ਤੋਂ ਨਹੀਂ ਵਿਹਲ ਹੁੰਦੀ, ਉਹ ਕਿਉਂ ਜਾਣਗੇ ਅਤੇ ਕਲੱਬਾਂ 'ਚ ਅਤੇ ਪੱਬਾਂ 'ਚ ਅਤੇ ਪਾਰਟੀਆਂ 'ਚ ਸ਼ਰਾਬਾਂ ਵਾਲੀਆਂ 'ਚ ਕਿਉਂ ਘੁੰਮਣਗੇ? ਅਤੇ ਅੱਜ ਦੇ ਸਮੇਂ ਵਿੱਚ ਨਸ਼ਿਆਂ ਤੋਂ ਜਿਹੜਾ ਬਚ ਗਿਆ ਬਹੁਤ ਵੱਡੀ ਗੱਲ ਹੈ, ਕੋਈ ਪ੍ਰਾਪਤੀ ਨਹੀਂ, ਤੁਸੀਂ ਇਹ ਸਮਝਦੇ ਨਹੀਂ ਕੋਈ ਗੱਲ ਵੀ ਇਹ ਪ੍ਰਾਪਤੀ ਹੈ। ਜਿਹੜਾ ਗੁਰੂ ਕਾ ਸਿੱਖ ਹੈ ਤਾਂ ਮੰਨੋ ਨਾ ਵੀ ਉਹ ਨਸ਼ੇ ਤਾਂ ਕਰੇ ਨਹੀਂ ਸਕਦਾ ਜਿਹੜਾ ਬਾਣੀ ਪੜੂਗਾ ਨਸ਼ਿਆਂ ਤੋਂ ਬਚ ਗਿਆ। ਤੁਸੀਂ ਤਾਂ ਇਕੱਲਾ ਸ਼ਰਾਬ ਨੂੰ ਨਸ਼ਾ ਮੰਨਦੇ ਸੀ ਤੁਹਾਡੇ ਵੇਲਿਆਂ 'ਤੇ ਪਹਿਲਾਂ, ਅੱਜ ਦਾ ਟਾਈਮ ਤੇ ਆਪਾਂ ਨੂੰ ਪਤਾ ਵੀ ਨਹੀਂ ਕਿਹੜੇ ਕਿਹੜੇ ਚੱਲ ਰਹੇ ਆ, ਜ਼ਿੰਦਗੀ ਖਤਮ ਹੈ। ਜਿਹੜਾ ਬੰਦਾ ਇੱਕ ਵਾਰ ਨਸ਼ੇ 'ਚ ਇਸ ਤਰ੍ਹਾਂ ਦੇ 'ਚ ਪੈ ਗਿਆ, ਜਿਹੜੇ ਹਜੇ ਸਾਨੂੰ ਪਤਾ ਵੀ ਨਹੀਂ, ਇਸ ਤਰ੍ਹਾਂ ਦੇ ਨਸ਼ੇ ਹੈ, ਆਪ ਵੀ ਜਾਂਦਾ, ਅਗਲੀ ਪੀੜ੍ਹੀ ਵੀ ਜਾਂਦੀ ਅਤੇ ਪਿਛਲੀ ਵੀ ਰੋਂਦੀ ਹੈ ਜਿਹੜੀ ਨੇ ਜਨਮੇ ਹੁੰਦੇ ਸਾਰੀ ਜ਼ਿੰਦਗੀ ਮਾਂ ਪਿਓ ਇਕੱਠੇ ਕਰਕੇ ਮਾਇਆ ਪੈਸਾ ਬਣਾਉਂਦੇ ਆ ਅਤੇ ਇਹ ਸਾਰੀ ਨੂੰ ਅੱਗ ਲਾ ਦਿੰਦਾ, ਅਤੇ ਆਉਣ ਵਾਲੀ ਦਾ ਤਾਂ ਹਾਲ ਉਹਨੇ ਕੀ ਕਰਨਾ ਅਤੇ ਤੁਸੀਂ ਸੋਚ ਹੀ ਨਹੀਂ ਸਕਦੇ। ਅਤੇ ਮਹਾਰਾਜ ਦੀ ਸੰਗਤ ਕਰਕੇ ਗੁਰਮੁਖੋ ਡੁੱਬਦਾ ਜਾਂਦਾ ਬੰਦਾ ਐਂ ਬਚ ਜਾਂਦਾ, ਗੁਰੂ ਬਾਂਹ ਫੜ ਕੇ ਬਚਾ ਲੈਂਦੇ ਆ ਇਹ ਔਗੁਣਾਂ ਤੋਂ, ਇਹ ਨਸ਼ਿਆਂ ਤੋਂ ਬਚਾ ਲੈਂਦੇ ਆ। ਇਹ ਥੋੜ੍ਹੀ ਪ੍ਰਾਪਤੀ ਆ, ਚਲੋ ਤੁਸੀਂ ਨਰਕ ਨੂੰ ਮੰਨਦੇ ਹੋ ਮੰਨਣਾ ਚਾਹੀਦਾ, ਨਹੀਂ ਮੰਨਦੇ ਨਾ ਮੰਨੋ, ਆਹ ਵੀ ਤਾਂ ਨਰਕ ਹੈ ਇੱਕ ਤਰ੍ਹਾਂ ਦਾ, ਆਹ ਜ਼ਿੰਦਗੀ ਵੀ ਤਾਂ ਨਰਕ ਹੈ, ਨਾਲੇ ਉਸ ਬੰਦੇ ਦੀ ਜ਼ਿੰਦਗੀ ਨਰਕ, ਨਾਲੇ ਉਸ ਔਰਤ ਦੀ ਜ਼ਿੰਦਗੀ ਨਰਕ ਜਿਹੜੀ ਉਹਦੇ ਲੱਟ ਲਾ ਦਿੱਤੀ, ਉਹ ਬੱਚਿਆਂ ਦੀ ਜ਼ਿੰਦਗੀ ਨਰਕ। ਇਸ ਤਰ੍ਹਾਂ ਦੇ ਬੰਦੇ ਕਏ ਸੁਣੇ ਹੈ, ਨਸ਼ੇੜੀ ਬੰਦੇ ਨਸ਼ਾ ਕਰਕੇ ਆ ਗਏ, ਚੰਗੇ ਘਰ ਦੀ ਧੀ ਆਈ ਭਾਗਾਂ ਵਾਲੀ, ਨਹੀਂ ਤੇ ਨਸ਼ੇੜੀਆਂ ਨੂੰ ਫਿਰ ਘਰ ਵਾਲੀਆਂ ਵੀ ਕੀ ਕਰਨ, ਡੰਡਾ ਫੜ ਕੇ ਕੁੱਟਦੀਆਂ ਨੇ ਇਹ ਜਾਨ। ਰਾਮ ਦੇ ਨਾਲ ਇਹ ਸੀਤਾ ਨਿਭਦੀ ਹੈ, ਰਾਵਣ ਵਰਗੇ ਦੇ ਨਾਲ ਸੀਤਾ ਵਾਲਾ ਰੋਲ ਨਹੀਂ ਨਿਭਦਾ, ਪਰ ਇਸਤਰੀਆਂ ਦੀਆਂ ਔਰਤਾਂ ਵੀ ਜਿਨ੍ਹਾਂ ਨੇ ਰਾਵਣਾਂ ਨਾਲ ਸੀਤਾ ਵਰਗਾ ਰੋਲ ਨਿਭਾ ਦਿੱਤਾ। ਸ਼ਰਾਬ ਪੀ ਕੇ ਆਇਆ, ਨਸ਼ਾ ਕਰਕੇ ਆਇਆ, ਘਰ ਵਾਲੀ ਨੂੰ ਸੁੱਤੀ ਦੇ ਡੰਡਾ ਮਾਰਿਆ, ਸੁੱਤੀ ਦੇ ਫੜ ਕੇ ਡੰਡਾ ਕੁੱਟ ਦਿੱਤੀ, ਸਿਆਲ ਦੀ ਰੁੱਤ 'ਚ ਆਪ ਅੰਦਰ ਬਹਿ ਗਿਆ ਮੰਜੇ ਦੇ, ਉਹਨਾਂ ਨੂੰ ਗਲੀ 'ਚ ਖੜਾ ਦਿੱਤਾ। ਸਾਰੀ ਰਾਤ ਉਹ ਔਰਤ ਬਾਹਰ ਖੜੀ ਰਹੀ ਸੀ। ਇਸ ਤਰ੍ਹਾਂ ਦੇ ਹਾਲ ਨੇ, ਸੁੱਤੀ ਹੈ, ਤੁਰ ਅੱਗੇ ਤੁਰਦੀ ਜਾਂਦੀ ਦੇ ਲਿਆਉਣਾ, ਪਿੱਛੋਂ ਮੋਟਰਸਾਈਕਲ ਵਿੱਚ ਮਾਰਨਾ, ਡੰਡੇ ਮਾਰਨੇ, ਆ ਕੂਹਣੀਆਂ ਭਰ ਦੇਣੀਆਂ, ਇਹ ਹਾਲ ਕੀਤੇ ਪਏ ਹੈ। ਨਰਕ ਨਹੀਂ ਹੈ ਜ਼ਿੰਦਗੀ, ਉਹ ਬੰਦੇ ਦੀ ਆਪਦੀ ਤਾਂ ਹੈਗੀ, ਉਹ ਔਰਤ ਦੀ ਵੀ ਜ਼ਿੰਦਗੀ ਨਰਕ ਕਰ ਦਿੱਤੀ। ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਫੜਨਾ ਹੈ, ਫੜ ਫੜ ਕੇ ਜੂੜੇ ਤੋਂ ਥੱਪੜ ਮਾਰਨੇ ਹੈ, ਉਹ ਬੱਚੇ ਸਤਿਕਾਰ ਕਰਦੇ ਮੇਰਾ ਪਿਓ ਹੈ, ਅਤੇ ਉਹ ਬੱਚਿਆਂ ਦੀ ਜ਼ਿੰਦਗੀ ਵੀ ਨਰਕ ਬਣਾ ਦਿੱਤੀ। ਇੱਕ ਬੰਦਾ ਕੁਲਾਂ ਖਤਮ ਕਰਦਾ ਕਿ ਨਹੀਂ ਕਰਦਾ, ਪੀੜ੍ਹੀਆਂ ਨੂੰ ਖਰਾਬ ਕਰ ਦਿੰਦਾ। ਜੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਵੇ ਉਹ ਗੁਰਮੁਖ ਆ ਨਰਕ ਤੋਂ ਵੀ ਬਚ ਜਾਊਂਗੇ।
ਆ ਵੀ ਨਰਕ ਹੈ ਇੱਥੇ। ਉੱਥੇ ਤਾਂ ਨਰਕ ਜਿਹੜਾ ਦੇਖੋਗੇ ਦੇਖਾਂਗੇ ਹੀ ਆਪਾਂ, ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ, ਉੱਥੇ ਵੀ ਜਾ ਕੇ ਨਜਿੱਠਣਾ ਹੀ ਪੈਣਾ ਹਾਲ।